ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਵੀਰ ਬਿੱਟੂ ਨਿਜਾਮ ਪਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ। ਦਰਸ਼ਕੋ, ਅੱਜ ਆਪਾਂ ਪਹੁੰਚ ਚੁੱਕੇ ਹਾਂ ਨੀਅਰ ਖੰਨਾ ਪਿੰਡ ਦਹਿੜੂ ਕਿੰਗ ਕੈਸਟਲ ਰਿਜੋਰਟ ਦੇ ਵਿੱਚ, ਜਿੱਥੇ ਕਿ ਐਗਰੀਕਲਚਰ ਮੇਲਾ ਲੱਗਿਆ ਹੋਇਆ, ਆਪਾਂ ਖੰਨੇ ਦਾ ਮੇਲਾ ਵੀ ਇਹਨੂੰ ਕਹਿ ਸਕਦੇ ਹਾਂ। ਇੱਥੇ ਐਗਰੀਕਲਚਰ ਦੇ ਕੰਪਨੀਆਂ ਨਵੇਂ ਨਵੇਂ ਇੰਪਲੀਮੈਂਟ ਲੈ ਕੇ ਆਈਆਂ ਹੋਣਗੀਆਂ, ਉਹ ਆਪਾਂ ਤੁਹਾਨੂੰ ਦਿਖਾਵਾਂਗੇ। ਆਪਾਂ ਯਾਨੀ ਆਪਣੇ ਕਨੀ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਸਕੀਏ, ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ, ਅਤੇ ਫੇਸਬੁੱਕ 'ਤੇ ਹੁੰਦਾ ਬਿੱਟੂ ਨੇ ਆਪਾਂ ਨੂੰ ਫੋਲੋ ਜ਼ਰੂਰ ਕਰਿਓ, ਅਤੇ ਆਓ ਦਿਖਾਉਂਦੇ ਹਾਂ ਤੁਹਾਨੂੰ ਮੇਲਾ। ਆ ਜਾਓ ਕਹਿੰਦਾ ਫਿਰ ਦੱਸ ਕੋ, ਆ ਖੜੀ ਆ ਪ੍ਰੀਤ 987। ਦੇਖੋ ਮੂਹਰੇ ਮੱਕੀ ਵਾਲਾ ਕਟਰ ਲੱਗਿਆ ਹੋਇਆ, ਵਧੀਆ ਪੇਂਟ ਕੁਆਲਿਟੀ ਇਹਨਾਂ ਦੀ। ਬਾਕੀ ਇਹਨਾਂ ਬਾਰੇ ਕੁਛ ਜ਼ਿਆਦਾ ਦੱਸਣ ਦੀ ਲੋੜ ਹੀ ਨਹੀਂ, ਸਭ ਨੂੰ ਪਤਾ ਹੀ ਆ ਨਾ ਚੱਲਦਾ ਇਹਨਾਂ ਦਾ। ਆਹ ਚਾਰ ਵਾਲੀ ਆ ਗਈ ਇਹਨਾਂ ਦੀ, ਆਹ ਮੱਕੀ ਦਾ ਚਾਰ ਪਾਉਂਦੇ ਆ। ਆਹ ਦੇਖੋ ਤੁਸੀਂ ਇਹ ਕੀ ਪ੍ਰਾਈਜ਼ ਹੈ ਵੀ? ਆਲੂ ਵਾਲਾ ਆ ਗਿਆ ਡਬਲ ਡਿੱਗਰ ਡਬਲ ਆ ਇਹ। ਦੇਖੋ ਪ੍ਰੀਤ ਵਾਲਿਆਂ ਨੇ ਇੰਪਰੀਮੈਂਟ ਖੜੇ ਆ। ਉਹ ਦੇਖੋ ਕੰਬਾਈਨ ਪ੍ਰੀਤ ਆ ਇਹਨਾਂ ਦੀ, ਜੋ ਮੱਕੀ ਦਾ ਚਾਰ ਪਾਉਂਦੀ ਆ ਉਹ ਵਾਲੀ ਆ। ਕੀ ਰੇਟ ਆ ਵੀ ਇਹਦਾ? ਹੈਂ 43 43 ਦਰਸ਼ਕੋ 43 ਲੱਖ ਦੀ ਆ ਇਹ। ਆਹ ਚਾਰ ਪਾਉਣ ਵਾਲੀ ਮੱਕੀ ਦਾ ਚਾਰ ਪਾਉਣ ਵਾਲੀ, ਜਿਵੇਂ ਆਪਾਂ ਸੈਲ ਜੱਬੀ ਕਹਿੰਦੇ ਆ। ਅੱਛਾ ਬਾਹਰੋਂ ਤੋਂ ਇੰਪੋਰਟ ਆ ਇਹ, ਤੁਰਕੀ ਦਾ ਹੈ। ਅੱਛਾ ਆਹ ਵਾਲੀ ਕਿੰਨੇ ਦੀ ਆ? 2875 ਦੀ ਆ ਦਰਸ਼ਕੋ ਵੱਡੀ। ਕਟਰ ਨਾਲੇ ਮੇਜ ਵਾਲਾ ਕਟਰ ਨਾਲੇ ਮੱਕੀ ਵਾਲਾ? ਅੱਛਾ ਵੀਰ ਕਹਿੰਦਾ ਉਹਦਾ ਪਤਾ ਨੀ। ਆ ਡਿੱਗਰ 7.5 ਲੱਖ ਦਾ ਦਰਸ਼ਕੋ, ਇਹ ਹਾਈਡ੍ਰੋਲਿਕ ਆ ਪੱਠਾ। ਇਹਦੀਆਂ ਵੀ ਚਾਈਨਾ ਬਾਹਰੋਂ ਇੰਪੋਰਟ ਕਰੀਆਂ ਹੋਈਆਂ ਨੇ ਬਾਈ ਕਹਿੰਦਾ। ਤੇ ਬਾਕੀ ਚਲੋ ਬਾਈ ਉਹਨਾਂ ਦੇ ਆਪਾਂ ਪਲਾਂਟ ਤੇ ਜਾ ਕੇ ਬਣਾਵਾਂਗੇ ਇਹਦੇ ਨਾਲ ਵੀਡੀਓ। ਤੇ ਆਹ ਆ ਗਏ ਗੁਰਦੇਵ ਵਾਲਿਆਂ ਦੇ ਐਗਰੋ ਇੰਡਸਟਰੀ ਸੰਗਰੂਰ ਰੋਡ ਭਵਾਨੀਗੜ੍ਹ ਪੰਜਾਬ, ਹਰੀਤ ਸਿੰਘ। ਆਹ ਆ ਗਿਆ ਪਟਾਟੋ ਵੀ ਪਲਾਂਟਰ, ਦੇਖੋ ਕਲਰ ਕੋਂਬੀਨੇਸ਼ਨ ਦੇਖੋ ਸਟਿੱਕਰਾਂ ਦਾ ਕਿੰਨਾ ਘੈਂਟ ਬਣਾਇਆ ਬੰਦੇ ਨੇ। ਟਾਈਗਰ 3,10,000 ਕੋਈ ਯਾਰੀ ਕੀਮਤ ਆ, 900 ਕਿਲੋ ਦਾ ਇਹ, 9 ਕੁਇੰਟਲ ਦਾ ਮੰਨ ਲਾ ਵੇਟ ਆ। ਤੇ ਤੁਸੀਂ ਆ ਸਾਈਡ ਤੋਂ ਦੇਖ ਲਓ, ਆ ਤਵੀਆਂ ਬਗੈਰ ਟਾਇਰਾਂ ਤੋਂ ਇਹ, ਇੱਕ ਬੈਡ ਦੋ ਬੈਡ ਤਿੰਨ ਬੈਡ ਬਣਾਉਂਦਾ ਇਹ। ਆਹ ਦੇਖੋ ਤੁਸੀਂ ਵਿੱਚੋਂ ਦੇਖ ਸਕਦੇ ਹੋ, 3 ਬੈਡ ਬਣਾਉਂਦਾ। ਊਂ ਵੀ ਇੱਕ ਬੈਡ ਤੇ ਦੋ ਦੋ ਆਲੂ ਛੱਡਦਾ ਇਹ, ਦੋ ਲਾਈਨ ਆਲੂ ਨਹੀਂ ਛੱਡਦੀਆਂ ਨੇ, 6 ਲਾਈਨਾਂ ਚਲੀਆਂ ਗਈਆਂ। ਆਹ ਦੇਖੋ ਡਬਲ ਨੇ ਇਹ, ਤੇ ਆਹ ਖੜਾ ਲੱਗਦਾ ਛੋਟਾ, ਇਹ ਵੀ ਪਟਾਟੋ ਪਲਾਂਟਰ ਆ। ਦੇਖੋ ਤੁਸੀਂ ਆਹ ਦੇਖੋ ਘਾਟ ਤੋਂ ਕਿੰਨੇ ਦਾ ਜੀ ਹੈ?
ਇਹ ਵੀ ਪਟਾਟੋ ਪਲਾਂਟਰ ਆ, ਸਾਰੇ ਪਟਾਟੋ ਪਲਾਂਟਰ ਖੜੇ ਨੇ ਵੀਰ ਉਹਨਾਂ ਦੇ ਅਲੱਗ ਅਲੱਗ ਸਾਈਜ਼ਾਂ ਦੇ। ਇਹ ਟਾਇਰਾਂ ਵਾਲੇ ਆ ਗਏ, ਆਹ ਦੇਖੋ ਆਹ ਵੀ ਟਾਇਰਾਂ ਵਾਲੇ, ਆਹ ਵੀ ਟਾਇਰਾਂ ਵਾਲੇ, ਗੁਰਦੇਵ ਭਵਾਨੀ ਗੜ੍ਹ ਦੇ। ਆਹ ਦੇਖੋ ਤੁਸੀਂ ਇਹ ਵੀ ਟਾਇਰਾਂ ਵਾਲੇ ਨੇ। ਕੀ ਰੇਟ ਦੇ ਨੇ ਵੀਰੇ? ਆਹ ਲਿਖਿਆ ਰੇਟ 2,20,000 ਰੁਪਈਆ ਟਾਇਰਾਂ ਵਾਲਾ, ਮੈਨੂੰ ਲੱਗਦਾ ਬਾਕੀ ਦੇ ਸੇਮ ਹੀ ਨੇ ਇਹ। ਵਧੀਆ ਨੇ, ਤੈਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਦੇ ਆਪਾਂ ਸਾਰੇ, ਮਗਰ ਇਹਨਾਂ ਦੀ ਜਗ੍ਹਾ ਹੈਗੀ ਆ, ਦੇਖੋ ਤੁਸੀਂ। ਆਹ ਖੜੀਆ ਸੋਨਾ ਲੀਕ ਵਾਲਿਆਂ ਦੀ ਕੰਮ ਹੈ। ਆਹ ਦੇਖੋ ਸੋਨਾ ਲੀਕਾ, ਸੋਨਾ ਲੀਕਾ ਲੈਂਦੀ ਕੰਮ। ਆਹ ਸਾਰੇ ਸੋਨਾ ਲੀਕਾ ਲੈਂਦੇ, ਮੱਕੀ ਸਰੋਂ ਬੀਜਣ ਵਾਲੀ ਮਸ਼ੀਨ ਜੋ ਬਈ ਘਿਓ ਨਾਲ ਬੀਜਦੀ ਆ, 5,09,000 ਦੀ। ਆਹ ਹੈਗੀ ਆ 26,95,000 ਦੀ। ਆਹ ਲਿਖਿਆ ਹੋਇਆ ਰੇਟ ਫਟਰ ਦੇ ਨਾਲ। ਆਹ ਦੇਖ ਲਓ ਸਰ, ਸਾਰੀਆਂ ਚੀਜ਼ਾਂ ਗਰਾਰੀਆਂ ਵਗੈਰਾ। ਆਹ ਲਾਈਨਰ ਆ ਗਏ ਇਹਨਾਂ ਦੇ ਸੋਨਾ ਲੀਕਾ ਦਾ। ਆਹ ਦੇਖੋ ਤੁਸੀਂ ਬੈਕ ਸਾਈਡ ਤੋਂ ਵੀ ਦਿਖਾਉਂਦੇ ਹਾਂ ਤੁਹਾਨੂੰ, ਸਾਰੇ ਸੋਨਾ ਲੀਕਾ ਦੇ ਪ੍ਰੋਡਕਟ ਨੇ। ਆਹ ਬੇਲਰ ਆ ਗਿਆ ਸੋਨਾ ਲੀਕਾ ਦਾ, ਇਹ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਆ ਰਿਹਾ, ਬੜੇ ਲੋਕੀ ਯੂਜ ਕਰਦੇ ਨੇ ਇਹਨੂੰ। 14,25,000 ਦਾ। ਆ ਰੋਟਾਵੇਟਰ ਆ ਗਿਆ 10 ਫੁੱਟਾ, 10 ਫੁੱਟਾ ਕਿ 9 ਫੁੱਟਾ ਵੀਰੇ? 10 ਫੁੱਟਾ 8 ਸੈੱਟ, ਬਲੇਡ ਸੈੱਟ ਫ੍ਰੀ ਆ ਇਹਦੇ ਨਾਲ, 1,75,000 ਦਾ। ਦੇਖੋ ਤੁਸੀਂ ਇਹਨਾਂ ਦੀ ਬੈਂਡ ਕੁਆਲਿਟੀ ਯਾਨੀ ਪੂਰੀ ਵਧੀਆ ਹੁੰਦੀ ਆ। ਸੋਨਾ ਲੀਕਾ ਦਾ ਮਾਰਕੀਟ ਦੇ ਵਿੱਚ ਨਾਂ ਚੱਲਦਾ ਅੱਜ ਦੇ ਟਾਈਮ, ਪੂਰੇ ਇੰਡੀਆ ਦੇ ਵਿੱਚ, ਸਾਊਥ ਇੰਡੀਆ ਤੋਂ ਬਾਹਰ ਵੀ ਇਹਨਾਂ ਦੇ ਇੰਪਲੀਮੈਂਟ ਜਾਂਦੇ ਨੇ। ਆਹ ਸੁਪਰ ਸੀਡਰ ਇਹਨਾਂ ਦੀ 2,75,000 ਦੀ। ਆਹ ਦੇਖ ਸਕਦੇ ਹੋ ਤੁਸੀਂ, ਐਂ ਨਾ ਦੇਖੋ ਵੀ ਆਹ ਚੀਜ਼ ਇਹਨੇ ਐਂ ਕਰਕੇ ਲਾ ਦੀ, ਉਹਨੇ ਐਂ ਕਰਕੇ ਲਾ ਦੀ, ਤੁਸੀਂ ਚੀਜ਼ ਦੇਖੋ ਵੀ ਜਿਹਦਾ ਜਰਮੀਨੇਸ਼ਨ ਵਧੀਆ ਹੋਵੇ। ਆਹ ਦੇਖੋ ਬੈਕ ਸਾਈਡ ਤੋਂ, ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਅੰਦਰ। ਆਹ ਸਵਰਾਜ ਖੜਾ, ਹਾਂਜੀ ਦਰਸ਼ਕੋ, ਆਹ ਖੜੀ ਆ ਨਿਊ ਗੁਰਦੀਪ S7, ਨਿਊ ਗੁਰਦੀਪ ਵਾਲਿਆਂ ਦੀ ਆ ਇਹ। ਇਹ ਦੇਖੋ ਮੂਹਰੇ ਮੱਕੀ ਵਾਲਾ ਕਟਰ ਲੱਗਿਆ ਹੋਇਆ,
ਯੈਲੋ ਕਲਰ ਆ, ਵੱਖਰਾ ਹੀ ਇਹਨਾਂ ਦਾ। ਇਸ ਸਾਈਡ ਤੋਂ ਵੀ ਦੇਖੋ ਤੁਸੀਂ ਸਾਰੇ ਜਿਹੜੇ ਨਿਊ ਗੁਰਦਾਈਪ ਨੂੰ ਪਸੰਦ ਕਰਦੇ ਨੇ ਉਹਨਾਂ ਲਈ ਆਪਾਂ ਵੀਡੀਓ ਬਣਾ ਰਹੇ ਹਾਂ। ਇਹ ਦੇਖੋ, ਯਾਨੀ ਹੁਣ ਤੱਕ ਮੈਂ ਨਾ ਸਾਰੀਆਂ ਬੰਦ ਆਉਂਦੀਆਂ ਨੇ, ਖੁੱਲ੍ਹੀ ਤਾਂ ਕੋਈ ਆਉਂਦੀ ਉਹ ਨਹੀਂ। ਬੈਕ ਸਾਈਡ ਤੋਂ ਵੀ ਦਿਖਾ ਰਹੇ ਹਾਂ ਤੁਹਾਨੂੰ। ਹਾਂ ਦੇਖੋ, ਇਸ ਸਾਈਡ ਤੋਂ ਲੈਡਰ ਵਗੈਰਾ ਦੇਖੋ, ਅੱਗੇ ਇੱਥੇ ਪੌੜੀ ਆ ਗਈ। ਬਾਕੀ ਹੁਣ ਆਪਣਾ ਇਹਨਾਂ ਨਾਲ ਕੋਈ ਬੰਦਾ ਹੈ ਨਹੀਂ ਵੀ ਜਿਹਦੇ ਨਾਲ ਆਪਾਂ ਗੱਲਬਾਤ ਕਰ ਸਕੀਏ, ਵੀ ਇਹਦੇ ਪਾਰਟਸ ਕਿਹੜੇ ਸਟੀਲ ਦੇ ਲੱਗੇ ਹੋਏ ਨੇ, ਮੇਨ ਮੇਨ ਕੁਆਲਿਟੀਆਂ ਇਹਦੀਆਂ ਕਿਹੜੀਆਂ ਨੇ, ਸਾਰਾ ਲਿਖਿਆ ਆ। ਨਿਊ ਗੁਰਦੀਪ ਕੀ ਕਰਾਂ, ਹਾਈਪਰ ਆ ਦੇਖੋ, ਪਲਾਂਟਰ ਪੈਰਾਂ ਵਾਲੇ, ਰੇਟ ਵਗੈਰਾ ਤਾਂ ਲਿਖਣੇ ਆ, ਬੈਕ ਤੋਂ ਵੀ ਦਿਖਾਉਂਦੇ ਆ ਤੁਹਾਨੂੰ। ਆਹ ਸਾਰੇ ਪਲਾਂਟਰ ਖੜੇ ਇਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੇ, ਆਹ ਬਿਨਾਂ ਟਾਇਰਾਂ ਤੋਂ ਟਾਇਰ ਲੱਗੇ ਹੋਏ ਆ। ਆਹ ਦੇਖੋ, ਆਹ ਸਾਰੇ ਵਿਸ਼ਵਕਰਮਾ ਦੀ ਨੇ ਜਿੰਨੇ ਵੀ ਖੜੇ ਨੇ, ਇਹਨਾਂ ਦੇ ਪ੍ਰਾਈਜ਼ ਲਿਖੇ ਨਹੀਂ, ਉਹ ਨਹੀਂ ਆਪਾਂ ਤੁਹਾਨੂੰ ਦੱਸ ਦਿੰਦੇ ਇਕੱਲੇ ਇਕੱਲੇ ਦਾ ਕੀ ਪ੍ਰਾਈਜ਼ ਆ। ਦੇਖੋ ਇਹਨੂੰ ਜਿਗ ਜੈਗ ਪਲਾਂਟਰ ਕਹਿ ਦਿੰਦੇ ਨੇ। ਆਹ ਦੇਖੋ ਤੁਸੀਂ, ਇੱਕ ਦੋ ਦੋ ਵਿੱਚ ਦੋ ਦੋ ਵਾਲੂ ਸਟੂਆ ਇਹ, ਅਤੇ ਆਹ ਖੜਾ ਬੈਕ ਸਾਈਡ ਤੋਂ ਨੇਕਾਂ ਵਗੈਰਾ ਜਿਵੇਂ ਮਗਰ ਉੱਪਰ ਥੱਲੇ ਕਰੋ ਸਾਰੀਆਂ। ਯਾਨੀ ਆਲੂ ਵਾਲੀਆਂ ਮਸ਼ੀਨਾਂ ਇਸ ਵਾਰ ਬਹੁਤ ਖੜੀਆਂ ਨੇ, ਯਾਦ ਆ ਗਏ ਨਾ ਇਹ, ਐਤਕੀ ਆਲੂ ਪਜਾਉਣਗੀਆਂ ਹੈ ਬਾਪੂ ਆਪਾਂ ਨੂੰ। ਹਾਂ ਦੇਖੋ ਤੁਸੀਂ ਫਰੰਟ ਤੋਂ ਮਿਸਟਰ ਮਾਇਪ ਲਾਣੀ ਆ, ਰੇਟ ਵਗੈਰਾ ਲਿਖੇ ਨਹੀਂ ਹੋਏ ਇਹਨਾਂ ਤੇ। ਆਹ ਦੇਖੋ, ਆਹ ਖੜੀ ਆ ਕਰਤਾਰ, ਆਹ ਕਰਤਾਰ ਕੰਬਾਈਨ ਖੜੀ ਆ, ਇਹ ਦੇਖੋ ਤੁਸੀਂ, ਆਹ ਕਰਤਾਰ ਵਾਲਿਆਂ ਨੇ ਇੰਪਲੀਮੈਂਟ ਨੇ ਸਾਰੀ, ਜਿੰਨਾ ਵੀ ਆ ਹੈਗਾ ਸਾਰਾ ਕਰਤਾਰ ਵਾਲਿਆਂ ਦਾ। ਆਪਾਂ ਦੇਖਦੇ ਹਾਂ ਜਾ ਕੇ ਵੀ ਕਿੰਨੇ ਕਿੰਨੇ ਉਹ ਇੰਪਲੀਮੈਂਟ ਨੇ। ਆਹ ਦੇਖੋ, ਜਿੰਨੇ ਮਾਲਾ ਲੀਵਰ ਵਗੈਰਾ ਦੀ ਸਾਰੇ ਡਰਾਈਵਰ ਦੇ ਕੋਲ ਨੂੰ ਕਰਤੇ, ਸੀਟ ਵਗੈਰਾ ਵਧੀਆ ਐਡਜਸਟੇਬਲ ਲਾਈ ਹੋਈ ਆ। ਆਹ ਦੇਖੋ ਤੁਸੀਂ, ਉੱਪਰ ਚੜ੍ਹਨਾ ਮੰਨਦਾ, ਐਡਜਸਟੇਬਲ ਸੀਟ ਲੱਗੀ ਆ, ਸਟੇਅਰ ਨੂੰ ਉੱਪਰ ਥੱਲੇ ਕਰ ਸਕਦੇ ਹਾਂ, ਵਧੀਆ ਫਾਈਬਰ ਵਾਲੀ ਹੁੱਡ ਲੱਗੀ ਹੋਈ ਆ, ਆਪਾਂ ਕਹਿ ਦਈਏ ਯਾਨੀ ਵਧੀਆ ਕੰਬਾਈਨ ਬਣਾਈ ਹੋਈ ਆ। ਇਹਦੀਆਂ ਗਲਾਰੀਆਂ ਵਗੈਰਾ ਦੇਖ ਲਓ ਤੁਸੀਂ, ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਸਾਰੇ ਕੰਬਾਈਨ। ਆਹ ਕਰਤਾਰ ਵਾਲਿਆਂ ਦਾ ਬੇਲਰ ਆ ਗਿਆ, ਦੇਖ ਸਕੋ
ਹਾਂ ਦੇਖੋ ਕਰਤਾਰ ਦਾ ਤਾਂ ਨੌਂ ਹੀ ਕਾਫੀ ਆ ਪੂਰੇ ਇੰਡੀਆ ਦੇ ਵਿੱਚ। ਆ ਲਾਈਨਰ ਖੜਾ ਇਹਦਾ ਤੇ ਆ ਇਹਨਾਂ ਦਾ ਟਰੈਕਟਰ ਆ 75 ਕਰਤਾਰ 4x4। ਇਹ ਕਿੰਨੇ ਐਚ ਪੀ ਦਾ ਵੀਰ ਹੈ? ਹੈਂ ਕਿੰਨੇ ਐਚ ਪੀ ਦਾ ਹੈ? 75 ਐਚ ਪੀ ਦਾ, 75 ਐਚ ਪੀ ਦਾ ਟਰੈਕਟਰ ਆ। ਦੱਸੋ ਦੇਖੋ ਕਿੰਨੇ ਵੇਟ ਰੱਖੇ ਨੇ ਮੂਹਰੇ, ਵਾਹਵਾ ਵੇਟ ਰੱਖੇ ਹੋਏ ਨੇ। 4x4 ਆ ਦੇਖੀ ਫਿਰ ਮਾੜਾ ਜਿਹਾ ਦੇਖੋ ਇੰਜਣ ਵਗੈਰਾ, ਕਲਾਸ ਕਰਦਾ ਇੰਜਣ ਆਉਂਦਾ। ਹਿੱਸਾ ਵੀਰੇ ਇਹਦਾ ਕਾਹਦਾ ਆਉਂਦਾ? ਕਰਾਰੋ ਦਾ ਹਿੱਸਾ ਆਉਂਦਾ, ਯਾਨੀ ਸਾਰਾ ਹੀ ਸਮਾਨ। ਬੋਸ ਦਾ ਪੰਪ ਆ, ਪੂਰਾ ਵਧੀਆ ਟਰੈਕਟਰ ਆ ਜੀ ਆਪਾਂ ਕਹਿ ਦਈਏ। ਸੋ ਦੇਖੋ ਕਿੰਨੀ ਸੋਹਣੀ ਆ ਜੀ, ਬਟ ਕੱਢੇ ਪਏ ਨੇ, ਜੀ ਕਰਦਾ ਦੇਖੀ ਆ। ਆਹ ਖੋਲ ਕੇ ਦੇਖ ਲਓ, ਆਹ ਖੋਲਿਆ ਹੋਇਆ ਇੱਧਰ, ਇਹ ਛੋਟਾ, ਇਹਦੇ ਵੀ ਵੇਟ ਪੂਰੇ ਲਾਏ ਨੇ। ਐ ਨਹੀਂ ਹੈਗਾ ਵੀ ਕੋਈ ਚੀਜ਼ ਛੱਡ ਦੂਗੀ, ਬਾਅਦ ਚ ਲੈਣੀ ਪਊਗੀ। ਆ ਡਿਊਲ ਐਕਟਿੰਗ ਸਟੀਅਰਿੰਗ ਬਾਲ ਆਉਂਦਾ ਦੇਖੋ, ਦੋਨਾਂ ਪਾਸੇ ਨੂੰ ਕੰਮ ਕਰਦਾ। ਸਲਾਂਸਰ ਵੀ ਕਿਆ ਘੈਂਟ ਆ, ਗਾਲੇ ਜੂਲੀ ਲਾ ਕੇ। ਬਾਕੀ ਗੇਅਰ ਵਗੈਰਾ ਜੋ ਆਹ ਚੀਜ਼ ਆ ਨਾ, ਇਹਨਾਂ ਨੇ ਬਣਾਇਆ ਹੋਇਆ ਆਪਣੇ ਪੈਦਾਨ ਵੀ ਕਹਿ ਦਿੰਦੇ ਆਪਾਂ। ਤੇ ਆਹ ਦੇਖੋ ਸਾਰਾ ਬੰਦ ਆ, ਐ ਨੀ ਕੋਈ ਸੀਟ ਦੇ ਉੱਤੋਂ ਕੋਈ ਚੀਜ਼ ਡਿੱਗ ਜੂਗੀ ਵੀ ਥੱਲੇ ਟਾਇਰਾਂ ਦੇ ਵਿੱਚ ਫਸ ਜੂਗੀ ਜਾ ਕੇ, ਡਿੱਗ ਜੂਗੀ ਨਾ। ਸਾਰਾ ਬੰਦ ਕਰਿਆ ਹੋਇਆ, ਹਾਈ ਲੋ ਮੀਡੀਅਮ ਟਰੈਕਟਰ ਆਉਂਦੇ ਨੇ ਇਹ। ਤੇ ਬੈਕ ਸਾਈਡ ਤੋਂ ਵੀ ਦਿਖਾ ਰਹੇ ਹਾਂ ਤੁਹਾਨੂੰ, ਲੈਫਟ ਕੰਬੈਸਟੀ ਵੀ ਇਹਨਾਂ ਦੀ ਵਾਹਵਾ, ਡਬਲ ਡਿਸਟ੍ਰੀਬਿਊਟਰ ਆ। ਆਹ ਦੇਖੋ ਐਡਜਸਟੇਬਲ ਹੁੱਕ ਆ, ਤੇ ਲਿੰਕਾਂ ਦੇਖੋ ਕਿਆ ਮੋਟੀਆਂ ਨੇ, ਜੂ ਲੱਗੀ ਹੋਈ ਹੈ ਨਾਲ ਦੀ। ਉਹ ਹਿੱਸਾ ਵਗੈਰਾ ਮੇਰਰ ਨਾਲ ਆਉਂਦਾ, ਤੇ ਵਧੀਆ ਫੈਂਡਰ ਨੇ, ਉੱਤੇ ਸੀਟਾਂ ਲੱਗੀਆਂ ਹੋਈਆਂ ਨੇ, BKT ਦੇ ਟਾਇਰ ਨੇ। 18x430 ਦੇ ਟਾਇਰ ਨੇ ਇਹਦੇ, 75 HP ਵਾਲੇ ਦੇ, ਯਾਨੀ ਪੂਰੇ ਵਧੀਆ ਟਰੈਕਟਰ ਨੇ। ਸਾਰਾ ਕੁਝ ਪਹਿਲਾਂ ਹੀ ਲੱਗ ਕੇ ਆਉਂਦਾ, ਆ ਫੈਂਡਰ ਵਗੈਰਾ ਵੀ ਜੋ ਵੀ ਆ। ਤੇ ਹੁਣ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਇਹਦੀ ਸੁਪਰ ਸੀਟਰ, ਆ ਕਰਤਾਰ ਵਾਲਿਆਂ ਦੀ ਸੁਪਰ ਸੀਟਰ ਆ, ਦੇਖ ਸਕਦੇ ਹਾਂ ਤੁਸੀਂ। ਆਹ ਚੀਜ਼ ਦੇਖੋ, ਆਹ ਵੱਖਰੇ ਤਰ੍ਹਾਂ ਦਾ ਬਣਾਇਆ ਹੋਇਆ, ਇਹ ਕਿਸੇ ਦਾ ਹੈ ਨਹੀਂ ਇੱਦਾਂ ਦਾ। ਨਹੀਂ ਇਹ ਅਲੱਗ ਤਰ੍ਹਾਂ ਦਾ ਬਣਾਇਆ ਹੋਇਆ, ਥੋੜ੍ਹਾ ਡਿਫਰੈਂਟ ਤਰ੍ਹਾਂ ਦਾ ਹਾਂ ਹਾਂ ਵਧੀਆ ਲੱਗੇ ਹੋਏ ਨੇ। ਬਾਕੀ ਤਾਂ ਸੁਪਰ ਸੀਟਰ ਸੇਮ ਹੀ ਨੇ, ਥੋੜ੍ਹਾ ਬਹੁਤਾ ਹੀ ਫਰਕ ਆ ਜੀ। ਕੱਲ੍ਹ ਤਾਂ ਇੱਕ ਦੂਜੇ ਦੀਆਂ ਕਾਪੀਆਂ ਮਾਰੀ ਹੋਈਆਂ ਨੇ ਸਾਰੇ ਸੰਦਾਂ ਦੀਆਂ। ਬਿਲਕੁਲ ਬਿਲਕੁਲ, ਜੇ ਮੇਨ ਗੱਲ ਪੁੱਛੋ ਕਿ ਨਹੀਂ, ਇਹ ਮਾੜਾ ਮੋਟਾ ਤਾਂ ਇੱਧਰ ਉੱਧਰ ਕਰਕੇ ਲਾਉਣਾ ਹੀ ਪੈਂਦਾ। ਆਹ ਦੇਖੋ ਤੁਸੀਂ, ਆਹ ਦੇਖੋ ਗੇਅਰ ਲੱਗਿਆ ਹੋਇਆ ਐਲਾ ਮੰਗਵਾਉਣ ਦਾ, ਕਰਤਾਰ ਹਾਂ। ਕੀ ਹਾਲ ਆ ਵੀਰੇ?